ਸੱਚਖੰਡ ਸ੍ਰੀ ਹੇਮਕੁੰਡ ਸਾਹਿਬ ਜੀ ਦੀ ਯਾਤਰਾ ਨਿਰਵਿਘਨ ਜਾ ਰਹੀ ਹੈ ਤੇ ਹੁਣ ਤੱਕ ਲੱਖਾਂ ਲੋਕ ਇੱਥੇ ਦਰਸ਼ਨ ਕਰ ਚੁੱਕੇ ਨੇ। 에ਅਰ ਮਾਰਸ਼ਲ ਹਰੀ ਕੁਮਾਰ ਵੀ ਹੇਮਕੁੰਡ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਜਿੱਥੇ ਉਹਨਾਂ ਆਪਣੇ ਇਸ ਅਨੁਭਵ ਨੂੰ ਬਿਆਨ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਤਪ ਅਸਥਾਨ ਸੱਚਖੰਡ ਸ੍ਰੀ ਹੇਮਕੁੰਡ ਸਾਹਿਬ। ਆਜ ਹਮਾਰੇ ਬੀਚ ਮੇਂ 에ਅਰ ਕਮਾਂਡਰ 에ਅਰ ਮਾਰਸ਼ਲ ਹਰੀ ਕੁਮਾਰ ਜੀ ਪਹੁੰਚੇ ਹੋਏ ਹੈ। ਉਨਸੇ ਆਪਕੋ ਬਤਾਤੇ ਉਨਕੋ ਅਨੁਭੋਧ ਬਤਵਾਤੇ ਹੈ ਕਿਆ ਉਨਕੋ ਆ ਕੇ ਯਹਾਂ ਪੇ ਅਨੁਭਵ ਔਰ ਕੈਸੀ ਇਹ ਯਾਤਰਾ ਰਹੀ। ਹਮਾਰੀ ਬਹੁਤ ਖੁਸ਼ਕਿਸਮਤੀ ਹੈ ਕਿ ਭਗਵਾਨ ਨੇ ਹਮੇ ਇਹ ਮੌਕਾ ਦਿਆ, ਹਮੇ ਹੇਮਕੁੰਡ ਸਾਹਿਬ ਆਨੇ ਕੇ ਲਿਏ। ਆ ਕੇ ਬਹੁਤ ਸਕੂਨ ਮਿਲਾ, ਬਹੁਤ ਸੁੰਦਰ ਜਗ੍ਹਾ ਹੈ ਔਰ ਬਹੁਤ ਬੜੀਆ ਸੇ ਮੇਨਟੇਨ ਵੀ ਕਰ ਰੱਖਾ ਹੈ। ਹਮ ਸਬਸੇ ਆਗਰਾਹ ਕਰਤੇ ਹੈ ਕਿ ਜਬ ਆਏ ਤੋ ਹੇਮਕੁੰਡ ਸਾਹਿਬ ਮੇਂ ਜ਼ਰੂਰ ਆਈਏਗਾ, ਦੇਖੀਏ ਕਿਤਨਾ ਸੁੰਦਰ ਹੈ।